ਜਸ਼ਨ ਜੀ ਅੱਜ ਕੀ ਹੋਇਆ ਤੇ ਭਰਾਵਾਂ ਦੇ ਢਾਬੇ ਤੇ ਗੋਲੀ ਗਾਲੀ ਚੱਲੀ ਆ ਕੀ ਮਾਮਲਾ ਸੀ ਸਾਰਾ ਉਹ ਇੱਕ ਹਰਮਨ ਵਰਕ ਨਾਮ ਦਾ ਮੁੰਡਾ ਸੀਗਾ ਉਹਦੇ ਨਾਲ ਉਹ ਮੇਰੇ ਭਰਾ ਨੂੰ ਤੰਗ ਕਰਦੀ ਸੀ ਪਹਿਲਾਂ ਉਹ ਸਾਡੇ ਨਾਲ ਪਹਿਲਾਂ ਵੀ ਲੜੇ ਹੋਏ ਸੀਗੇ ਤੇ ਉਹਨਾਂ ਨੇ ਅੱਜ ਕਾਫੀ ਟਾਈਮ ਬਾਅਦ ਕਹਿੰਦਾ ਆਪਾਂ ਰਾਜੀਨਾਮਾ ਕਰ ਲੈਣੇ ਬਹਿ ਕੇ ਗੱਲ ਕਰ ਲੈਣੇ ਆ ਉਹਦਾ 4 ਕੁ ਵਜੇ ਫੋਨ ਆਇਆ ਮੈਨੂੰ ਕਹਿੰਦਾ ਭਰਾਵਾਂ ਦੇ ਢਾਬੇ ਤੇ ਆ ਜਾ ਆਪਾਂ ਰਾਜੀਨਾਮਾ ਕਰ ਲੈਣੇ ਆ ਤੇ ਮੈਂ ਇਕੱਲਾ ਸੀ ਮੈਂ ਕਿਹਾ ਚੱਲ ਇਹ ਵੱਧ ਜਾਣੇ ਆ ਮੈਂ ਡਰਦਾ ਭਰਾ ਨੂੰ ਲੈ ਗਿਆ ਸਨੀ ਵੀਰ ਨੂੰ ਲੈ ਗਿਆ ਪਿੰਦਰ ਵੀਰ ਉਹਨਾਂ ਨੂੰ ਲੈ ਗਿਆ ਤੇ ਉਹਨੇ ਫੋਨ ਆਇਆ ਸੀ ਉਹ ਕਹਿੰਦਾ ਆਪਾਂ ਬਹਿ ਕੇ ਗੱਲ ਕਰ ਲੈਣੇ ਆ ਤੇ ਉਹ ਬੈਠਾ ਨਹੀਂ ਉਹਨੇ ਆਉਂਦੇ ਨੇ ਫਾਇਰਿੰਗ ਸ਼ੁਰੂ ਕਰਤੀ ਤੇ ਫਾਇਰ ਇੱਕ ਸਨੀ ਵੀਰ ਦੀ ਲਾਤੇ ਲੱਗਾ ਤੇ ਬਾਅਦ ਚੋਂ ਫਾਇਰਿੰਗ ਚਲਾ ਕੇ ਉੱਥੋਂ ਭੱਜ ਗਏ ਕਿੰਨੀ ਫਾਇਰਿੰਗ ਕੀਤੀ ਸੀ ਉਹਨਾਂ ਨੇ ਬਾਵਾ ਫਾਇਰਿੰਗ ਕੀਤੀ ਨਹੀਂ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਪਤਾ ਲੱਗਾ ਉਹਨਾਂ ਕੋਲ 3-4 ਹਥਿਆਰ ਸੀ ਤੇ ਆਏ ਕਾਹਦੇ ਤੇ ਸੀ ਆਏ ਉਹ ਸਕਾਰਪੀਓ ਦੇ ਸੀ ਕਾਲੀ ਦੇ ਕਾਲੀ ਸੰਗ ਦੇ ਸਕਾਰਪੀਓ ਨੰਬਰ ਪਤਾ ਗੱਡੀ ਦਾ ਨਹੀਂ ਨੰਬਰ ਨਹੀਂ ਪਤਾ ਮੈਨੂੰ ਮੁੰਡੇ ਪਿੰਦਰ ਦਾ ਫੋਨ ਆਇਆ ਸੀਗਾ ਵੀ ਐਂ ਕਰੋ ਮੈਂ ਗਿਆ ਹੀ ਸੀ ਉਹ ਜਾਂਦੇ ਹੀ ਉਹ ਸਾਡੇ ਫਾਇਰਿੰਗ ਕਰਨ ਲੱਗੇ ਖੜਿਆਂ ਦੀ ਹਰਮਨ ਵਿਰਕ ਸੀ 2-12 ਪੂਰਾ ਸੀ ਉਹਨਾਂ ਕੋਲ ਇੱਕ ਰਿਵਾਲਵਰ ਸੀ ਇੱਕ ਪਿਸਟਲ ਸੀ 4 ਜਾਣੇ ਕਾਲੀ ਸਕਾਰਪੀਓ ਤੇ ਸਵਾਰ ਸੀ ਹਰਮਨ ਵਿਰਕ ਤੇ 3-4 ਜਾਣੇ ਉਹਦੇ ਨਾਲ ਸੀ ਹੋਰ ਕੌਣ ਸੀਗੇ ਜਿਹਨਾਂ ਨਾਲ ਫਾਇਰ ਕੀਤਾ ਹਰਮਨ ਵਿਰਕ ਜਾਣਦੇ ਤੁਸੀਂ ਪਹਿਲਾਂ ਉਹਨਾਂ ਨੂੰ ਨਹੀਂ ਪਹਿਲਾਂ ਤਾਂ ਜਾਣਦੇ ਨਹੀਂ ਤੇ ਕਿਵੇਂ ਫਾਇਰ ਕਾ ਤੋਂ ਕਰਤੇ ਉਹਨਾਂ ਨੇ ਇਹਨਾਂ ਦਾ ਰੌਲਾ ਰੂਲਾ ਸੀ ਮੈਂ ਤਾਂ ਜਾ ਕੇ ਖੜਾ ਹੀ ਸੀ ਮੁੰਡੇ ਨਾਲ ਕਿੱਥੇ ਖੜੇ ਕਿੱਥੇ ਤੁਸੀਂ ਭਰਾਵਾਂ ਦੇ ਢਾਬੇ ਕੋਲੇ ਸਿੰਘਾਂ ਵਾਲੇ ਕੋਲੇ ਕਿੰਨੇ ਕੁ ਫਾਇਰ ਕਿੰਨੇ ਹੋਏ ਉੱਥੇ ਫਾਇਰਿੰਗ ਕੀਤੀ ਉਹਨਾਂ ਨੇ ਬਾਈ ਹੋਰ ਕਿਹਦੇ ਲੱਗੇ ਫਾਇਰ ਮੇਰੇ ਵੱਜੇ ਸਿੰਘਾਂ ਵਾਲੇ ਢਾਬੇ ਦੇ ਉੱਤੇ ਸ਼ਾਮੀ ਮੈਸੇਜ ਮਿਲਿਆ ਸੀਗਾ ਕਿ ਕਿਸੇ ਬੰਦੇ ਨੇ 12 ਬੋਰ ਦੀ ਰਾਈਫਲ ਦੇ ਨਾਲ ਇੱਕ ਬੰਦੇ ਦੇ ਗੋਲੀ ਲੱਗੀ ਆ ਜੀ ਉਸ ਬੰਦੇ ਦੇ ਟੋਟਲ 4 ਸ਼ਰੇ ਲੱਗੇ ਨੇ ਉਹਦਾ ਨਾਂ ਸਨੀ ਆ ਜੀ ਮਨਜੀਤ ਸਿੰਘ ਜਿਹਨੇ ਉਹਦੇ ਫਾਇਰ ਕੀਤਾ ਆ ਉਹਦਾ ਨਾਂ ਹੈਗਾ ਆ ਹਰਮਨ ਸਿੰਘ ਇਹ ਆਪਣੀ ਬਲੈਕ ਸਕਾਰਪੀਓ ਦੇ ਉੱਤੇ ਗਏ ਸੀ ਹੁਣ ਜਦੋਂ ਆ ਕੇ ਮੌਕੇ ਦੇ ਉੱਤੇ ਪਤਾ ਕੀਤਾ ਹੈ ਕਹਿੰਦੇ ਵੀ ਸਾਡੀ ਕੋਈ ਇਹਨਾਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਆ ਇਹਨਾਂ ਦੇ ਜਵਾਕ ਜਿਹੜੇ ਹੈਗੇ ਕੈਮਰੇ ਸਕੂਲ ਦੇ ਵਿੱਚ ਭਰਾ ਪੜਦੇ ਆ ਹਰਮਨ ਦੇ ਤਾਂ ਇੱਕ ਇਹਨਾਂ ਦਾ ਦੋਸਤ ਆ ਮੁੰਡਾ ਜਸ਼ਨ ਉਹਦੇ ਉਹ ਕਹਿੰਦੇ ਵੀ ਉਸ ਸਮੇਂ ਹਰਮਨ ਨੇ ਉੱਥੇ ਆ ਕੇ ਗੁੰਡਾਗਰਦੀ ਕੀਤੀ ਸੀ ਅੱਜ ਤੋਂ 5-7 ਦਿਨ ਪਹਿਲਾਂ ਇਸ ਲੜਾਈ ਨੂੰ ਲੈ ਕੇ ਅੱਜ ਦੋਵਾਂ ਪਾਰਟੀਆਂ ਨੇ ਕਿਹਾ ਸੀਗਾ ਕਿ ਅਸੀਂ ਇਕੱਠੇ ਹੋ ਕੇ ਆਪਸ ਵਿੱਚ ਨਿਬੇੜਾ ਕਰ ਲਾਂਗੇ ਪਰ ਜਸ਼ਨ ਦੇ ਕਹਿਣ ਦੇ ਮੁਤਾਬਕ ਆ ਕਿ ਮੈਂ ਸਨੀ ਹੋਣਾ ਨੂੰ ਨਾਲ ਲੈ ਕੇ ਗਿਆ ਸੀਗਾ ਤੇ ਹਰਮਨ ਨੇ ਉੱਥੇ ਆਉਂਦਿਆਂ ਸਾਰ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਫਾਇਰ ਕਰਨੇ ਸਟਾਰਟ ਕਰ ਦਿੱਤਾ ਤੇ ਇਸ ਫਾਇਰਿੰਗ ਦੌਰਾਨ ਜ਼ਖਮੀ ਕਿੰਨੇ ਇੱਕ ਬੰਦੇ ਦੇ ਸਰੇ ਲੱਗੇ ਆ ਜੀ ਜਿਹੜਾ ਸਨੀ ਨਾਂ ਦਾ ਬੰਦਾ ਉਹ ਜ਼ਖਮੀ ਆ ਉਹਦੇ ਟੋਟਲ 5 ਡਾਕਟਰਾਂ ਨੇ ਦੱਸਿਆ ਸਰੇ ਲੱਗੇ ਹੋਏ ਨੇ ਸਰ ਕਿੰਨੇ ਕੁ ਫਾਇਰ ਹੋਏ ਆ ਫਾਇਰ ਇੱਕ ਹੋਇਆ ਜੀ 12 ਬੋਰ ਦਾ ਕੰਡੀਸ਼ਨ ਕੀ ਹੈ ਜੀ ਹੁਣ ਬਿਲਕੁਲ ਠੀਕ ਠਾਕ ਆ ਡਾਕਟਰ ਸਾਹਿਬ ਨਾਲ ਗੱਲ ਕਰਕੇ ਆਏ ਉਹ ਹਸਪੀਟਲ 'ਚ ਉਹ ਕਹਿੰਦੇ ਬਿਲਕੁਲ ਓਕੇ ਆ ਜੀ